dignitaries on the dais, and my dear friends. For the last 2 days, we have been holding this conference, this summit, basically with a view to open our horizon, to open our vistas, to inculcate a sense of newness amongst all of us. Aaj de jinne vi lectures hoye ne, bade shandar lectures hi. Mainu aas hai ki jo tusi soch ke aaye si ki pata nahi kis tarah di conference hai, kis tarah di ki gal baat honi hai, oh sare tuhade expectation te khare utre ne. Khaas karke assi sarkari schoolan de vich de jehde tusi mukhi ho, ik eh dasan de vich kamyab ho sake ha. ਇਹ ਇਨਫੋਰਮੇਸ਼ਨ ਪਹੁੰਚਾਉਣ 'ਚ ਕਾਮਯਾਬ ਹੋ ਸਕਦੇ ਹਾਂ ਕਿ ਦੁਨੀਆ ਦੇ ਵਿੱਚ ਕੀ ਕੁਛ ਵਾਪਰ ਰਿਹਾ, ਇਹਦੇ 'ਚੋਂ ਕੀ ਕੁਛ ਅਸੀਂ ਕਰ ਸਕਦੇ ਹਾਂ, ਕੀ ਨਹੀਂ ਕਰ ਸਕਦੇ. ਇਹੀ ਜਿਹੀਆਂ ਇਹ ਬਹੁਤ ਗੱਲਾਂ ਨੇ ਜਿਹੜੀਆਂ ਅਜੇ ਅਮਰੀਕਾ ਫਰਾਂਸ ਦੇ ਸਕੂਲਾਂ 'ਚ ਨੇ ਵੀ ਨਹੀਂ ਕੀਤੀਆਂ ਹੋਈਆਂ, ਪਰ ਇਹਦਾ ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ. ਸੋ ਸਾਨੂੰ ਪਤਾ ਹੋਣ ਤੋਂ ਬਾਅਦ, ਇਨਫੋਰਮੇਸ਼ਨ ਹੋਣ ਤੋਂ ਬਾਅਦ, ਇੱਕ ਮੈਨੇਜਮੈਂਟ ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ, ਦੈਟ ਇਜ਼ ਕਾਲਡ ਇਨਫੋਰਮਡ ਡਿਸੀਜਨ ਮੇਕਿੰਗ, ਕਿ ਫੈਸਲਾ ਕੀਤਾ ਉਹਦੇ ਕੋਲ ਸਾਰੀ ਇਨਫੋਰਮੇਸ਼ਨ ਸੀ ਤਾਂ ਉਹਨੇ ਫੈਸਲਾ ਕੀਤਾ. ਜੇ ਆਪਾਂ ਕੋਈ ਇਸ ਤਰ੍ਹਾਂ ਦਾ ਡਿਸੀਜਨ ਲੈ ਲਈਏ ਜਿਹਦਾ ਜਿਹਦੇ ਸਾਡੇ ਕੋਲ ਇਨਫੋਰਮੇਸ਼ਨ ਪੂਰੀ ਨਾ ਹੋਵੇ ਤਾਂ ਆਮ ਤੌਰ 'ਤੇ ਡਿਸੀਜਨ ਗਲਤ ਹੋ ਜਾਂਦਾ. ਸੋ ਇਨਫੋਰਮ ਡਿਸੀਜਨ ਮੇਕਿੰਗ ਹਮੇਸ਼ਾ ਅੱਛੀ ਹੁੰਦੀ ਹੈ. ਸੋ ਇਹਨਾਂ ਨੇ ਇਹਨਾਂ ਦੋ ਦਿਨਾਂ ਦੇ ਵਿੱਚ ਆਪਾਂ ਨੂੰ ਬੜਾ ਕੁਛ ਦੱਸਿਆ. ਅਸੀਂ ਮੈਂ ਕਾਫੀ ਦੋਸਤਾਂ ਨਾਲ ਤੁਹਾਡੇ 'ਚੋਂ ਗੱਲਾਂ ਕਰ ਰਿਹਾ ਸੀ ਕਿ ਇਸ ਐਕਸਪੀਰੀਅੰਸ 'ਚੋਂ ਉਹਨੂੰ ਅੱਗੇ ਲੈ ਕੇ ਜਾਣਾ, ਜਿਹੜੀ ਜਿਹੜੀ ਚੀਜ਼ ਸਾਨੂੰ ਸਟੇਟ ਲੈਵਲ 'ਤੇ ਠੀਕ ਲੱਗਦੀ ਹੈ ਕਿ ਇਹ ਹੋ ਸਕਦੀ ਹੈ. ਇਹ ਨਹੀਂ ਗਾ ਕਿ ਸਿਰਫ ਇਹਨਾਂ ਕੰਪਨੀਆਂ ਨੇ ਕੰਮ ਕੀਤਾ ਦੁਨੀਆ 'ਚ, ਇਹਨਾਂ ਕੰਪਨੀਆਂ ਦੇ ਨਾਂ ਲੈ ਕੇ ਗੂਗਲ 'ਤੇ ਜਾਓਗੇ, ਨੈੱਟ 'ਤੇ ਜਾਓਗੇ, ਆਸੇ ਪਾਸੇ ਪਤਾ ਕਰੋਗੇ, ਹੋਰ ਬਹੁਤ ਜਿਹੜੀਆਂ ਇਸ ਸਬਜੈਕਟ ਦੇ ਉੱਤੇ ਕੰਮ ਕਰ ਰਹੀਆਂ, ਤੁਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ. ਤੁਸੀਂ ਸਕੂਲ ਲੈਵਲ ਦੇ ਉੱਤੇ ਕੋਈ ਇੰਟਰੋਡਿਊਸ ਕੋਈ ਵੀ ਕੰਸੈਪਟ ਕਰਨਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ. ਅਸੀਂ ਸਟੇਟ ਲੈਵਲ 'ਤੇ ਕੁਛ ਕੰਸੈਪਟ ਇੰਟਰੋਡਿਊਸ ਕਰਾਂਗੇ, ਉਹ ਵੀ ਤੁਹਾਡੇ ਕੋਲ ਆ ਜਾਣਗੇ. ਸੋ ਮੈਨੂੰ ਲੱਗਦਾ ਹੈ ਕਿ ਸਾਡਾ ਜੋ ਮਕਸਦ ਸੀ ਨਾ ਦੋ ਦਿਨਾਂ ਦਾ, ਭਾਰਤ ਸਰਕਾਰ ਦੇ ਕੋਲੈਬੋਰੇਸ਼ਨ ਨਾਲ ਮਿਨਿਸਟਰੀ ਆਫ ਆਈਟੀ, ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, SSA, RMSA ਅਤੇ ਈਲੈਕਸ ਵਾਲਿਆਂ ਨਾਲ ਦਾ ਮਿਲ ਕੇ ਜੋ ਉਪਰਾਲਾ ਕੀਤਾ ਸੀ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ. ਅਤੇ ਤੁਹਾਨੂੰ ਸਵੇਰ ਤੋਂ ਤੁਸੀਂ ਬੜੀ ਦੂਰ ਤੋਂ ਚੱਲੇ ਹੋਏ ਹੋ, ਸਵੇਰ ਤੋਂ ਤੁਸੀਂ ਬੈਠੇ ਹੋ ਅਤੇ ਇੰਨੇ ਸ਼ੌਕ ਨਾਲ ਤੁਸੀਂ ਇਹ ਸਾਰੇ ਕੁਛ ਨੂੰ ਸੁਣਿਆ ਕਿ ਉਹ ਰੀਅਲੀ ਸਾਰੇ ਬੁਲਾਰਿਆਂ ਨੇ ਵੀ ਇਸ ਗੱਲ ਨੂੰ ਪਸੰਦ ਕੀਤਾ ਕਿ ਜਿਹੜੇ ਸਾਡੇ ਸਰੋਤੇ ਸੀਗੇ ਉਹ ਬਹੁਤ ਜ਼ਿਆਦਾ ਧਿਆਨ ਨਾਲ ਸਾਡੀਆਂ ਗੱਲਾਂ ਸੁਣ ਰਹੇ ਸੀ. ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ. ਅਸੀਂ ਇਸੇ ਤਰੀਕੇ ਨਾਲ, ਮੇਰਾ ਆਪਣਾ ਇਹ ਵਿਚਾਰ ਹੈ ਕਿ ਜਿੰਨੇ ਸਾਡੇ ਸਕੂਲਾਂ ਦੇ ਮੁਖੀ ਨੇ, ਸਾਡੇ ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦੇ ਮੁਖੀ, ਇਹਨਾਂ ਨੂੰ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰ ਇਸ ਤਰ੍ਹਾਂ ਦਾ ਕੋਈ ਨਾ ਕੋਈ ਪਲੇਟਫਾਰਮ ਦੇ ਦਿਆ ਕਰੀਏ ਜਿੱਥੇ ਇਕੱਠੇ ਮਿਲ ਕੇ ਬੈਠ ਕੇ ਇੱਕ ਦੂਜੇ ਨਾਲ ਵੀ ਗੱਲਾਂ ਬਾਤਾਂ ਕਰ ਲੈਣ, ਅਤੇ ਦੁਨੀਆ ਦੇ ਵਿੱਚ, ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕੀ ਕੁਛ ਹੋ ਰਿਹਾ ਐਜੂਕੇਸ਼ਨ ਦੇ ਵਿੱਚ, ਉਹਦਾ ਬਾਰੇ ਗਿਆਨ ਵੀ ਉਗਾ ਸਕਣ. ਸੋ ਇਕੱਲਾ ਇਕੱਲਾ ਬੈਠ ਕੇ ਆਪਣੇ ਆਪਣੇ ਸਕੂਲ ਦੇ ਵਿੱਚ, ਕੋਈ ਤਰਨ ਤਾਰਨ ਸਕੂਲ ਬੈਠਾ, ਕੋਈ ਮਾਨਸਿੰਘ ਬੈਠਾ, ਕੋਈ ਬਠਿੰਡੇ ਬੈਠਾ, ਕੋਈ ਅੰਮ੍ਰਿਤਸਰ ਬੈਠਾ, ਕਿਤੇ ਕਿਤੇ ਪਿੰਡਾਂ 'ਚ ਤੁਸੀਂ ਬੈਠੇ ਹੋ, ਉੱਥੇ ਆਪਣੇ ਆਪਣੇ ਕੰਮਾਂ 'ਚ ਤੁਸੀਂ ਸਾਰੇ ਬੰਦੇ ਇੰਨੇ ਜ਼ਿਆਦਾ ਉਲਝੇ ਹੋਏ ਹੋ ਕਿ ਉਸ ਸਾਰੇ ਕੁਛ ਦੇ ਵਿੱਚ ਤੁਸੀਂ ਕਈ ਵਾਰੀ ਆਪਾਂ ਨੂੰ ਸਮਾਂ ਨਹੀਂ ਮਿਲਦਾ, ਕਦੀ ਸੋਚ ਨਹੀਂ ਬਣਦੀ ਕਿ ਵੀ ਹੋਰ ਕੀ ਹੋ ਰਿਹਾ ਉਹਦੇ ਬਾਰੇ ਸੋਚ ਲਈਏ. ਸੋ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ, ਮੈਨੂੰ ਖੁਸ਼ੀ ਹੈ ਅਤੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਵਧੀਆ ਹੁੰਗਾਰਾ ਦਿੱਤਾ ਇਸ ਸਾਰੇ ਕੁਛ ਨੂੰ, ਅਤੇ ਮੇਰੀ ਇੱਥੋਂ ਦੀ ਟੀਮ SSA ਦੀ ਜਿਹਨਾਂ ਨੇ ਪਿਛਲੇ 10-15 ਦਿਨਾਂ ਤੋਂ ਲਗਾਤਾਰ ਮਿਹਨਤ ਕਰਕੇ ਇਸ ਏਡੇ ਵੱਡੇ ਪ੍ਰੋਗਰਾਮ ਨੂੰ ਸਿਰ ਚੜਾਇਆ, ਈਲੈਟਸ ਦੀ ਸਾਰੀ ਟੀਮ ਜਿਹੜੇ ਲਗਭਗ ਇੱਕ ਮਹੀਨੇ ਤੋਂ ਲੱਗੇ ਹੋਏ ਸੀ, ਉਹਨਾਂ ਸਾਰਿਆਂ ਦਾ, ਰਵੀ ਜੀ ਖਾਸ ਕਰਕੇ ਈਲੈਟਸ ਤੋਂ ਰਵੀ ਜੀ ਨੇ, ਜਿਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਇਹ ਸਾਰੀਆਂ ਫੋਰਮਸ ਨੂੰ ਇਹਨਾਂ ਨੇ ਟਾਈ ਅਪ ਕੀਤਾ, ਇਹਨਾਂ ਨੇ ਸਾਰਾ ਪ੍ਰੋਗਰਾਮ ਬਣਾਇਆ, ਲੈ ਕੇ ਆਏ ਨੇ. ਅਤੇ ਮੈਨੂੰ ਆਸ ਹੈ ਕਿ ਇਹਨਾਂ ਦੇ ਵਿੱਚੋਂ ਕਿਸੇ ਸਕੂਲ ਦੇ ਵਿੱਚ ਜਿੱਥੇ ਕਿਤੇ ਹੋ ਸਕਦਾ, ਕਿੰਨੀਆਂ ਥਾਵਾਂ 'ਤੇ ਨਹੀਂ ਹੋ ਸਕਦਾ, ਜਿੱਥੇ ਕਿਤੇ ਹੋ ਸਕਦਾ ਤਾਂ ਉਹਨਾਂ ਆਈਡੀਆਜ਼ ਨੂੰ, ਉਹਨਾਂ ਕੰਸੈਪਟਸ ਨੂੰ ਇੰਟਰੋਡਿਊਸ ਕਰੇ. ਇਸ਼ੂ ਇਹ ਨਹੀਂ ਹੁੰਦਾ ਕਿ ਕਿਹੜੀ ਕੰਪਨੀਆਂ ਕਰਨਾ, ਕਿਹੜੀਆਂ ਨਹੀਂ ਕਰਨਾ, ਉਸ ਆਈਡੀਆ ਨੂੰ ਲਾਗੂ ਕਰਨਾ, ਇੱਕ ਇੱਕ ਆਈਡੀਆ ਲੋਕਾਂ ਦੀ ਜ਼ਿੰਦਗੀ ਬਦਲ ਦਿੰਦਾ. ਇੱਕ ਕਾਫੀ ਲੋਕ ਇਸ ਤਰ੍ਹਾਂ ਦੇ ਨੇ ਕਿ ਕਈ ਵਾਰੀ ਗੱਲ ਚੱਲਦੀ ਹੈ ਕਿ ਜੀ ਅਸੀਂ ਰਿਟਾਇਰ ਹੋ ਕੇ ਆਏ ਹੋਏ ਹਾਂ, ਟੀਚਰ ਕਦੇ ਰਿਟਾਇਰ ਨਹੀਂ ਹੁੰਦਾ, ਡਾਕਟਰ ਕਦੇ ਰਿਟਾਇਰ ਨਹੀਂ ਹੁੰਦਾ, ਕਿਉਂਕਿ ਟੀਚਰ ਕੀ ਹੈ, ਇੱਕ ਟੀਚਰ ਦੇ ਵਿੱਚ ਅੰਦਰ ਇੱਕ ਇਨੇਟ ਸਟਰੈਂਥ ਹੈ, ਇੱਕ ਅੰਦਰਲੀ ਸਟਰੈਂਥ ਹੈ ਜਿਹਦਾ ਕੋਈ ਨਹੀਂ ਹੋ ਸਕਦਾ. ਉਹਨੇ ਸਾਰੀ ਉਮਰ ਨਾਲ ਚੱਲਣਾ, ਕਿਤੇ ਆਪਾਂ ਮਚਲੇ ਹੋ ਕੇ ਆਪਣੀ ਉਸ ਗੱਲ ਨੂੰ ਪਾਸੇ ਕਰ ਦਈਏ ਤਾਂ ਅਲੱਗ ਚੀਜ਼ ਹੈ, ਅਦਰਵਾਈਜ਼ ਅੰਦਰੋਂ ਸਿੰਗਰ ਹੈ, ਕਿਉਂਕਿ ਇਹ ਤੁਸੀਂ ਸਕਿੱਲ ਓਵਰ ਏ ਪੀਰੀਅਡ ਆਫ ਟਾਈਮ ਅਕਵਾਇਰ ਕੀਤੀ ਹੈ, ਇਹ ਸਕਿੱਲ ਨੂੰ ਕੋਈ ਖਤਮ ਨਹੀਂ ਕਰ ਸਕਦਾ. ਕੋਈ ਤੂੰਬੀ ਵਜਾਉਣ ਵਾਲਾ ਬੰਦਾ ਹੈ, ਉਹਨੂੰ ਜੇ ਕਹੀਏ ਵੀ 7 ਸਾਲ ਤੋਂ ਬਾਅਦ ਤੂੰ ਘਰੇ ਬਹਿ ਜਾ, ਤਾਂ ਉਹਨੂੰ ਭਾਵੇਂ 80 ਸਾਲ ਨੂੰ ਤਾਂ ਲਿਆਉਣ ਕੇ ਤੂੰਬੀ ਵੀ ਆ ਜਾਓ, ਤੂੰਬੀ ਵੀ ਆ ਲੈਂਦਾ, ਕਿਉਂਕਿ ਇਹ ਸਕਿੱਲ ਤੁਸੀਂ ਸਾਰੀ ਉਮਰ ਦੇ ਵਿੱਚ ਇਕੱਠੀ ਕੀਤੀ ਹੈ
तो मेरी यह भी बेनती होगी पंजाब के सारे टीचर साहबान कि भी रिटायर होने तो बाद भी सरकारी मुलाजम नहीं हफ्ते आप सरकारी मुलाजम बने रहने क्योंकि सानू पेंशन दे लोग सानू उस तरीके देखते हैं असी अपने स्कूलों से अपनी अपनी एजुकेशन के नाल जो लगातार जुड़े रहिए खास करके उन्होंने स्कूलों जिसे आप पढ़ाते रहे हैं लगातार आप जुड़े रहिए तो इस एजुकेशन आप होर भी वधिया तरीके काम कर सकते तुसी नवे कॉन्सैप्ट सुने तुसी नवे कॉन्सैप्ट देखे तुहाडा सारा दा बहुत बहुत शुक्रिया असी खुश होवांगे जे इन्हां चों कुछ आइडिया जो किसी किसी थान के उत्ते इंट्रोड्यूस करो असी अपने लैवल से तुसी कहोगे जी बहुत आइडिया तो तुहाडे लैवल से इंट्रोड्यूस करने वाले हैं यस असी उन्होंने भी इंट्रोड्यूस करांगे असी अप्रैल या मई के महीने च एक इस तरह का विचार कर रहे हैं कि साढ़े अपने स्कूलों के बहुत वधिया चीज़ा हो रही आप बाहरलियां कंपनियां तो सुन की बजाय अपने स्कूलों के भी शो केस करिए कोई लुधियाने के जलंधर के किसी सेंट्रल लोकेशन के उत्ते 5-7-10 एकड़ जमीन के वड्डे स्टॉल ला के उत्थे आपां अपने स्कूलों की हो रहा वो भी नाल लैके आईए सारिया कंपनीज की कर रही ने वड्डे वड्डे स्कूल की कर रहे हैं वो भी नाल लैके आईए तो साडे सारे टीचर साहबान उत्थे आउण उत्थे इंटरैक्ट करन उत्थे दिन एक या दो दिन गुजारन ताकि उस तो बाद फ्रैश होकर जाए फ्रैश आइडियाज नाल जाण दोस्तों दुनिया के IIM तो बाहरले मुल्कों दड़िया बड़िया यूनिवर्सिटियां तो MBA करके मार्केटिंग के बंदे जड़े ने साबण बेचने वाला बंदा कुछ पेस्ट बेचने वाला बंदा कंप्यूटर बेचने वाला बंदा वो लगातार साबण ही बेच रहे हैं 10-10, 20-20, 50-50 साल हो गए उन्होंने पर उन्होंने कंपनियां हरेक साल उन्होंने 10 दिनों वास्ते 15 दिनों वास्ते बुलाउंदियां ने तो उन्होंने टैक्नीक्स दसदियां ने साबण बेचने की टैक्नीक्स की सो आइडिया यही होंगे कि वो कोई नवे ने उन्होंने मतलब कोई ऐसी गल है कि जी पता नहीं सिर्फ आइडिया यह होंगे कि अपने उस माहौल चो निकल नवी थान से आन आपस इंटरैक्ट कर कि बंद ने कि नवे मोटिवेटिड नवे इनोवेटिव आइडिया कोई नवा काम किया सो उस तरह के अपना जो इस तरह के प्रोग्राम करते रहेंगे तो मैं तो सारे का एक बार फिर बहुत बहुत शुक्रिया लगा थैंक यू सो मच श्री पन्नू जी फॉर द हाईली ऑप्टिमिस्टिक एंड मोटिवेशनल Now, I would like to call upon stage Dr. Ravi Gupta, CEO, Elets Technomedia Private Limited, to give the vote of thanks. पहले तो बहुत बहुत धन्यवाद हम लोग आभारी हैं आपके कि आप लोगों ने पूरे शिद्दत से पूरे दिन का इस इवेंट को अटेंड किया और मैं बहुत सारे स्पीकर से मैंने बात की और सभी लोग खुश थे कि उनको एक अपॉर्चुनिटी मिली कि आप लोगों से जो शिक्षक हैं वो सीधे जुड़ पाए सीधे आपसे वो संवाद स्थापित हुआ उनका और मैं एक चीज़ ये बताना चाहूँगा कि हम लोग ये मैगजीन है डिजिटल लर्निंग जो पिछले एक डिकेड से निकाल रहे हैं 10 ईयर्स ऑलमोस्ट हो रहे हैं एंड हम लोग का एम यही था कि हम लोग सेंटर और स्टेट्स में जाएं और आईटी का आईटी एजुकेशन के बारे में अवेयरनेस फैलाएं और मैं बहुत गर्व से आपको ये बता सकता हूँ कि बड़ी मुझे खुशी है कि आई थिंक पंजाब ही ऐसा एक यूनिक स्टेट है कि जहाँ पर पंजाब गवर्नमेंट ने ये इनिशिएटिव लिया कि उन्होंने कहा कि आप सीधे जो शिक्षक हैं उनके साथ एक वर्कशॉप की जाए नॉर्मली ये वर्कशॉप होती हैं जहाँ पर जो ऑफिशियल्स होते हैं उनके साथ होती हैं बट आई थिंक मैं पन्नु साहब का आभारी हूँ कि उन्होंने हमें ये अपॉर्चुनिटी दी कि आपके साथ एक ऐसा वर्कशॉप करने का मौका मिला और पंजाब गवर्नमेंट का एक यूनिक इनिशिएटिव है और आई थिंक लाइक वी शुड कॉम्प्लीमेंट हिम इन ए बिग वे सो आई विल लाइक It's a big, big occasion, and we are honored and proud that we have been given this opportunity. And we thank you all for